ਸੁਣਿਆ ਕਿ ਰੋਜ਼ਾ ਖੋਲਣ ਦੇ ਟਾਈਮ ਜਿਹੜੀ ਵੀ ਦੁਆ ਕਰੋ ਕਬੂਲ ਹੁੰਦੀ, ਇਸ ਤੋਂ ਚਲੋ ਪਹਿਲੇ ਦੁਆ ਕਰ ਲਈਏ। ਯਾ ਅੱਲਾ, ਸਾਡੇ ਹੁਕਮਰਾਨਾਂ ਦੀਆਂ ਸਾਰੀਆਂ ਗਲਤੀਆਂ ਮਾਫ਼ ਕਰ ਦੇ। ਅੱਲਾ ਮੀਆਂ, ਸਾਡੇ ਇਸ ਪਿਆਰੇ ਮੁਲਕ ਪਾਕਿਸਤਾਨ ਦੇ ਵਿੱਚ ਕੋਈ ਐਸਾ ਹੁਕਮਰਾਨ ਭੇਜ ਜਿਹੜਾ ਕਿਰਾਏ ਦੇ ਮਕਾਨ 'ਤੇ ਰਹਿੰਦਾ ਹੋਵੇ, ਨਾ ਉਹਦੇ ਘਰ ਏਸੀ ਲੱਗਾ ਹੋਵੇ ਅਤੇ ਨਾ ਹੀ ਉਹਦੇ ਕੋਲ ਗੱਡੀ ਅਤੇ ਬੈਂਕ ਬੈਲੈਂਸ ਹੋਵੇ। ਰਾਤ ਦੇ 12:30 ਜਦੋਂ ਬੱਤੀ ਬੰਦ ਹੋਵੇ ਅਤੇ ਸਦਰੇ ਪਾਕਿਸਤਾਨ ਬੱਚਿਆਂ ਨੂੰ ਲੈ ਕੇ ਬਾਹਰ ਗਲੀ ਦੇ ਵਿੱਚ ਬੈਠੇ ਹੋਣ ਅਤੇ ਆਵਾਮ ਨੂੰ ਵੀ ਪਤਾ ਹੋਵੇ ਕਿ ਜੇ ਅਸੀਂ ਗਰਮੀ 'ਚ ਮਰਨ ਦੇ ਹਾਂ ਤਾਂ ਸਾਡਾ ਸਦਰ ਵੀ ਨਾਲ ਹੀ ਆ। ਕੋਈ ਇਹੋ ਜਿਹਾ ਹੁਕਮਰਾਨ ਭੇਜ ਜਿਹਨੂੰ ਪਤਾ ਹੋਵੇ ਕਿ ਜਦੋਂ ਕਰਿਆਨੇ ਵਾਲੇ ਦਾ ਬਿੱਲ 1900 ਹੋ ਜਾਏ ਅਤੇ ਉਹਦੀ ਦੁਕਾਨ ਦੇ ਅੱਗੋਂ ਕਿਸ ਤਰ੍ਹਾਂ ਲੁਕ ਕੇ ਅਤੇ ਨੰਗਣਾ। ਇਹ ਕਿੱਦਾਂ ਦੀਆਂ ਦੁਆਵਾਂ ਮੰਗੀ ਜਾਂਦਾ? ਪੂਰੇ ਮੁਲਕ ਲਈ ਦੁਆਵਾਂ ਮੰਗਣੀਆਂ ਚਾਹੀਦੀਆਂ। ਤੂੰ ਤਾਂ ਕਹਿੰਦਾ ਕੱਲੀ ਮੇਰੀ ਤੰਦਰੁਸਤੀ ਦੀਆਂ ਮੰਗੀ ਜਾਓ। ਤੂੰ ਦੁਆਵਾਂ ਜਾਰੀ ਰੱਖ ਭਾਈ, ਮੇਰੇ ਵਾਸਤੇ ਵੀ ਦੁਆ ਮੰਗਣੀ ਹੈ ਇੱਕ ਮੇਰੇ ਰਿਸ਼ਤੇ ਵਾਸਤੇ, ਨਾਲੇ ਦੁਆ ਕਰਨਾ ਕਿ ਮੇਰਾ ਕੋਈ ਨਾ ਬਾਹਰ ਦਾ ਹਿਸਾਬ ਲੱਗ ਜਾਵੇ। ਮੈਂ ਬਾਹਰ ਦੇ ਮੁਲਕ ਜਾ ਕੇ ਪਾਕਿਸਤਾਨ ਦੀ ਖਿਦਮਤ ਕਰਾਂਗਾ। ਆਹੋ, ਕਿਉਂਕਿ ਚਾਚਾ ਇੱਥੇ ਇੰਨੀ ਮਿਹਨਤ ਕਰਕੇ ਮੋਬਾਈਲ ਖੋਲਦਾ ਤੇ ਉਹ 400 ਤੋਂ ਵੱਧ ਵੇਖਦਾ ਨਹੀਂ। ਬਕਵਾਸ ਬੰਦ ਕਰ, ਮੈਂ ਕਦੋਂ ਮੋਬਾਈਲ ਖੋਲਣਾ? ਪਹਿਲੇ ਦੁਆ ਤੇ ਪੂਰੀ ਕਰ ਲਓ। ਓਹ ਅੱਛਾ, ਚੁੱਪ ਰਹੇ ਹੁਣ ਸਾਰੇ। ਮੈਂ ਕਹਿ ਰਿਹਾ ਸੀ ਕਿ ਅੱਲਾ ਮੀਆਂ, ਸਾਡੇ ਇਸ ਮੁਲਕ ਦੇ ਵਿੱਚ ਕੋਈ ਇੱਦਾਂ ਦਾ ਹੁਕਮਰਾਨ ਭੇਜ ਜਿਹਨੂੰ ਪਤਾ ਹੋਵੇ ਕਿ ਗਰਮੀ 'ਚ ਪਿੱਤ ਨਿਕਲਣ ਦੀ ਕੀ ਫੀਲਿੰਗ ਹੁੰਦੀ। ਅੱਲਾ ਮੀਆਂ, ਕੋਈ ਇੱਦਾਂ ਦਾ ਹੁਕਮਰਾਨ ਭੇਜ ਜਿਹੜਾ ਸੁਬਹਾ 6 ਆਟਾ ਲੈਣ ਵਾਲੀ ਲਾਈਨ 'ਚ ਖੜ੍ਹਾ ਹੋਵੇ ਅਤੇ ਸ਼ਾਮ ਨੂੰ 7:15 ਉਹਨੂੰ ਇੱਕ ਬੰਦਾ ਕਹੇ ਵੀ ਚਾਚਾ ਸਵੇਰੇ 5:30 ਫੇਰ ਆਈ, ਅੱਜ ਦਾ ਤਾਂ ਮੁੱਕ ਗਿਆ ਜੀ। ਯਾ ਅੱਲਾ, ਕੋਈ ਇੱਦਾਂ ਦਾ ਹੁਕਮਰਾਨ ਭੇਜ ਜਿਹੜਾ ਕੰਮ ਅਜ਼ ਕੰਮ 12 ਕੁ ਤਾਂ ਪੜਿਆ ਹੋਵੇ। ਆਮੀਨ ਆਮੀਨ, ਸ਼ੁਰੂ ਕਰੋ। ਭਾਣ, ਵੈਸੇ ਇੱਕ ਗੱਲ ਕਹਾਂ? ਹਾਂਜੀ, ਕਹੋ। ਆਮਰ ਖਾਨ ਲੱਗਣ ਦੇ ਜੇ, ਮੋਟਰਸਾਈਕਲ ਫੇਰ ਵੀ ਨਹੀਂ ਮਿਲਣੀ। ਚਾਚਾ, ਇਹ ਬਹੁਤ ਪੁਰਾਣਾ ਕੰਮ ਹੋ ਗਿਆ ਵੀ, ਉਹਦੇ ਵਿੱਚ ਪੱਲੇ ਪਏ ਨੇ, ਅੱਧੇ ਤੇ ਕਰ ਲਓ ਦੋਨੇ ਜਣੇ। ਥੋੜੇ ਕਿ ਮੈਨੂੰ ਵੀ ਦੇ ਯਾਰ। ਸੋਰੀ ਅੱਬੂ, ਦਾਦਾ ਬੂ ਨੇ ਮਿਰਚ ਬਹੁਤ ਤੇਜ਼ ਪਾਈ ਹੈ ਵਿੱਚ, ਤੁਹਾਡੇ ਕੋਲ ਨਹੀਂ ਖਾਦੇ ਜਾਣੇ। ਤੁਹਾਨੂੰ ਪਤਾ ਨਾ ਕਿ ਦਾਦਾ ਬੂ ਨੂੰ ਡਾਕਟਰ ਨੇ ਮਿਰਚ ਮਨਾ ਕੀਤੀ, ਮੁੜ ਕੇ ਭੁਗਤ ਨਹੀਂ ਮੈਨੂੰ ਪੈਂਦੀ। ਅੱਬੂ, ਆ ਚਾਚੂ ਦਾਦਾ ਬੂ ਨੂੰ ਨਾ ਖੱਟੀਆਂ ਮਿੱਠੀਆਂ ਚੀਜ਼ਾਂ ਲਿਆ ਕੇ ਖਵਾਉਂਦਾ ਹੀ ਤੇ ਬਾਅਦ ਵਿੱਚ ਫਿਰ ਉਹ ਬਿਮਾਰ ਹੁੰਦੇ ਆ। ਬਿਲਕੁਲ ਝੂਠ, ਤੁਸੀਂ ਝੂਠੇ ਆ। ਅੱਬੂ, ਇਹ ਦਾਦਾ ਬੂ ਨੂੰ ਨਾ ਸਿਗਟਾਂ ਦੇ ਵਿੱਚ ਕੁਛ ਭਰ ਕੇ ਵੀ ਪਿਆਉਂਦਾ ਜੇ। ਭੈਣ ਦੱਸੋ, ਇਹਦਾ ਦਿਮਾਗ ਖਰਾਬ ਆ, ਇਹਨੂੰ ਹੁਣ ਕੌਣ ਸਮਝਾਵੇ ਕਿ ਮੈਂ ਜਿਹੜੀ ਦਵਾਈ ਇਹਨਾਂ ਨੂੰ ਦਿੰਦਾ ਨਾ ਉਹ ਵੈਸੇ ਨਹੀਂ ਪੀਂਦੇ, ਕਹਿੰਦੇ ਕੌੜੀ ਆ, ਇਸ ਤੋਂ ਮੈਂ ਫਿਰ ਸਿਗਟ ਦੇ ਵਿੱਚ ਭਰ ਕੇ ਪਿਆ ਦਿੰਦਾ।